ਤੇ ਜਿਸ ਬੰਦੇ ਕੋਲ ਸੰਤੋਖ ਨਹੀਂ ਹੁੰਦਾ ਜਿਹੜੀ ਅਮੀਰੀ ਹੁੰਦੀ ਹੈ ਨਾ ਤੁਹਾਡੇ ਸਬਰ ਸੰਤੋਖ ਦੀ ਆ ਤੁਸੀਂ ਆਪਣੇ ਪਰਿਵਾਰਾਂ ਚ ਕਦੀ ਧਿਆਨ ਮਾਰ ਕੇ ਵੇਖਿਓ ਕਈ ਸਾਡੇ ਰਿਸ਼ਤੇਦਾਰ ਦੋਸਤਾਂ ਮਤਰਾ ਕੋਲ ਧਨ ਪਦਾਰ ਦੇ ਕਿਸਾਨੀ ਅੰਦੋਲਨ ਚ ਵੇਖਿਆ ਅੱਖੀਂ ਵੇਖਣ ਦੀਆਂ ਗੱਲਾਂ ਨੇ ਅਸੀਂ 1 ਸਾਲ 13 ਦਿਨਾਂ ਚ ਚਰਬਾ ਕੀਤਾ ਕਈਆਂ ਦੀ ਮਰਲਾ ਜ਼ਮੀਨ ਨਹੀਂ ਤੇ 1 ਸਾਲ ਨਹੀਂ ਹਿੱਲੇ ਕਈਆਂ ਘਰਾਂ ਚ ਕੰਪੈਨਾਂ ਖਲੋਤੀਆਂ ਸੀ ਇੱਕ ਦਿਨ ਵੀ ਨਹੀਂ ਆਏ ਐਸੇ ਟੱਬਰ ਵੀ ਆ ਗਏ ਪੰਜਾਬ ਦੇ ਨਾਲੇ ਕਹ ਰਾਏ 2 2 3 3 ਟਰੈਕਟਰ ਸੀ ਤੇ ਪਤਾ ਕਿ ਉਹ ਜਵਾਬ ਕੀ ਦਿੰਦੇ ਸੀ ਉਹ ਜਦੋਂ ਜ਼ਮੀਨ ਜਾਣੀ ਸਾਰਿਆਂ ਦੀ ਜਾਣੀ ਸਾਡੀ ਕੋਲੋਂ ਕਰ ਜਾਣੀ ਹੈ ਜੇ ਇਹ ਸੋਚ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਹੁੰਦੀ ਉਹਨਾਂ ਨੇ ਸਾਡੇ ਬਦਲੇ ਆਪਣੇ ਬੱਚਿਆਂ ਦੇ ਸੰਸਕਾਰ ਵੀ ਆਪਣੇ ਹੱਥੀਂ ਨਹੀਂ ਕੀਤੇ ਪਰ ਕਈ ਐਸੇ ਵੀ ਮਰਦ ਸੂਰਮੇ ਆਗੇ ਸੀ ਜਿਨ੍ਹਾਂ ਦੀ ਅੱਧਾ ਮਰਲਾ ਜ਼ਮੀਨ ਵੀ ਨਹੀਂ ਸੀ ਜਿਨ੍ਹਾਂ ਦੀ ਜ਼ਮੀਨ ਹੈ ਹੀ ਨਹੀਂ ਸੀ ਪਰ ਬੈਠੇ ਸੀ ਉੱਥੇ ਦੁਕਾਨਦਾਰ ਬੈਠੇ ਸੀ ਲੰਬਾ ਟਾਈਮ ਬੈਠੀ ਸੀ ਹਰ ਤਰ੍ਹਾਂ ਦਾ ਤੁਹਾਨੂੰ ਹਰ ਖੇਤਰ ਦੇ ਵਿੱਚ ਹਰ ਮੂਮੈਂਟ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਮਿਲੇਗਾ ਤੁਹਾਨੂੰ ਹੁਣ ਸਿਰਫ ਇੰਨੀ ਬੇਨਤੀ ਕਰਨੀ ਚਾਹੁੰਨਾ ਗੁਰੂ ਦਾ ਬਚਨ ਵੇਖਣ ਨੂੰ ਛੋਟਾ ਜਿਹਾ ਪਰ ਇਹਨੂੰ ਕਮਾਉਣਾ ਕਿੱਥੇ ਹੈ ਸਿੱਖਾ ਤੇਰੇ ਹਿਰਦੇ ਦੀ ਧਰਤੀ ਉਹ ਜ਼ਮੀਨ ਵਾ ਹੁਣ ਬੀਜ ਤੇ ਹੈਗਾ ਵਾ ਧਰਤੀ 'ਚ ਕੋਈ ਬੀਜ ਦੂਜਾ ਪਾ ਕੇ ਬੈਠੇ ਹੁਣ ਕਬੀਰ ਐਸਾ ਬੀਜ ਬੋਏ ਜੋ 12 ਮਾਸ ਫਲੰਤ ਐੋ ਦਾ ਬੀਜ ਪਾਓ ਜਿਹੜਾ 12 ਦੇ 12 ਮਹੀਨੇ ਫਲ ਦਿੰਦਾ ਉਹ ਪੋ ਮਾਗਦੀਆਂ ਰਾਤਾਂ 'ਚ ਵੀ ਫਲ ਦਿੰਦਾ ਤੇ ਜੇਠ ਹੜ ਦੀਆਂ ਧੁੱਪਾਂ 'ਚ ਵੀ ਫਲ ਦਿੰਦਾ ਅੱਜ ਸ਼ਬਦ ਹੈਗਾ ਸਾਡੇ ਕੋਲ ਪਰ ਧਰਤੀ ਐ ਨਹੀਂ ਵਿਚਾਰ ਮੋਗੀ ਸਾਡੇਆਂ ਪਰਿਵਾਰਾਂ 'ਚ ਮਾਰੋ ਧਿਆਨ ਕਿੰਨੇ ਪਰਿਵਾਰ ਜਿਨ੍ਹਾਂ ਘਰਾਂ ਵਿੱਚ ਕਿਤੇ ਬਾਣ ਦੀ ਵਿਚਾਰ ਕਰਦਾ ਹੋਗਾ ਸਾਡੇ ਘਰਾਂ 'ਚ ਪੰਜਾਬੀ ਬੋਲਣ ਤੋਂ ਸੰਗਾਈ ਜਾਂਦੀ ਸਾਨੂੰ ਟਾਵੇਂ ਪਰਿਵਾਰਾਂ ਜਿਨ੍ਹਾਂ ਘਰਾਂ ਵਿੱਚ ਕੋਈ ਪੰਜਾਬੀ ਬੋਲਦਾ ਜਿੰਨਾ ਘਰਾਂ ਵਿੱਚ ਮਾੜੇ ਮੋੜ ਕਿਸੇ ਨੂੰ ਪੰਜਾਬੀ ਦੇ ਦੋ ਸ਼ਬਦ ਕਹਣੇ ਉਹ ਵੀ ਉਹਨਾਂ ਘਰਾਂ ਜਿੱਥੇ ਘਰਾਂ ਚ ਦਾਦਾ ਦਾਦੀ ਹੈਗੇ ਜਾਂ ਨਾਨਾ ਬੋਲੋ ਭਾਈ ਤੇ ਜਾਂ ਜਿੰਨਾ ਘਰਾਂ ਚ ਮਾਂ ਬਾਪ ਨੂੰ ਅਹਿਸਾਸ ਹੋ ਕਿ ਸਾਡੇ ਬੱਚੇ ਪੰਜਾਬੀ ਭੁੱਲਣ ਜੇ ਇਸ ਕੰਟਰੀ ਚ ਆਏ ਆ ਜਾਂ ਸਾਡੇ ਬੱਚੇ ਇਥੋਂ ਦੇ ਬੋਲਣਵਾ ਕਿਤੇ ਇਹ ਨਾ ਹੋਵੇ ਅਸੀਂ ਦਮ ਤੋੜੀਏ ਤੇ ਸਾਡੇ ਬੱਚੇ ਆਪਣੀ ਮਾਂ ਬੋਲੀ ਵਿਸਾਰ ਦੇਣ ਇਹ ਸਾਡਾ ਫਰਜ਼ ਬਣਦਾ ਤੇ ਸਭ ਤੋਂ ਪਹਿਲਾ ਸਕੂਲ ਮਾਂ ਵਾਂ ਬੱਚੇ ਦਾ ਪਹਿਲਾ ਸਕੂਲ ਪਹਿਲਾ ਟੀਚਰ ਮਾਂ ਵਾ 5 7 10 ਸਾਲ ਜੇ ਮਾਂ ਆਪਣੇ ਬੱਚੇ ਨੂੰ ਕਲਾਵੇ ਚ ਲੈ ਕੇ ਕੋਈ ਸ਼ਬਦ ਸਿਖਾ ਦੇਵੇ ਨਾ ਤੇ ਮੈਂ ਇੱਥੇ ਅਮਰੀਕਾ ਚ ਇਦਾਂ ਦੇ ਬੱਚੇ ਵੇਖਿਆ ਪੰਜਾਬ ਨਾਲੋਂ ਪੰਜਾਬ ਦੇ ਬੱਚਿਆਂ ਨਾਲੋਂ ਵਧੀਆ ਪੰਜਾਬੀ ਬੋਲਦੇ ਆ ਪਰ ਜੇ ਸਿਹਰਾ ਜਾਂਦਾ ਤੇ ਉਹਨਾਂ ਦੀ ਮਾਮਾ ਨੂੰ ਤੇ ਉਹਨਾਂ ਦੇ ਘਰ ਦੇ ਮੈਂਬਰਾਂ ਨੂੰ ਜਾਂਦਾ ਜਿਨ੍ਹਾਂ ਨੇ ਘਰ ਚ ਇਹ ਪ੍ਰੈਰਾ ਦਿੱਤਾ ਕਿ ਜਦੋਂ ਬੱਚਾ ਰੋਟੀ ਵੀ ਮੰਗੇ ਤੇ ਮਾਂ ਉਹਦੇ ਸ਼ਬਦਾਂ ਦਾ ਜਵਾਬ ਪੰਜਾਬੀ ਚ ਦੇਵੇ ਤੇ ਉਹਨੂੰ ਕਹਵੇ ਮੇਰੇ ਨਾਲ ਪੰਜਾਬੀ ਚ ਗੱਲ ਕਰ ਫੇਰ ਤਰੀ ਮੈਂ ਗੱਲ ਮੰਨ ਜੇ ਜਵਾਕਾਂ ਦੀਆਂ ਅਸੀਂ ਹਰ ਗੱਲਾਂ ਮੰਨ ਸਕਦੇ ਆ ਤੇ ਕੁਝ ਗੱਲਾਂ ਸਾਨੂੰ ਮਨਾਉਣੀਆਂ ਵੀ ਬੋਲੋ ਭਾਈ ਆਉਣੀਆਂ ਚਾਹੀਦੀਆਂ ਇਹ ਝੂਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਕੱਲ ਦੇ ਗੁਰਦੁਆਰੇ ਕਹਿਣ ਵਾਸਤੇ ਨਹੀਂ ਹੈਗੇ ਇਹਦੇ ਵਾਸਤੇ ਇਨਸਾਨ ਝੂਲਣੇ ਕਿੱਥੇ ਆ ਇਹ ਲੱਗਤੇ دیਵਾਨ ਰਹਿਣ ਇਹ ਹੁਣੇ ਕਿੱਥੇ ਆ ਜੇ ਅਸੀਂ ਸਾਡੇ ਅੰਦਰ ਰਸਤੀ ਦੀ ਅਹਿਸਾਸ ਨਹੀਂ ਹੋਏਗਾ ਅੱਜ ਤੇ ਅਹਿਸਾਸ ਮਾਰਿਆ ਜਾ ਰਿਹਾ ਸਾਡੇ ਅੰਦਰ ਸਾਨੂੰ ਅੰਦਰੋਂ ਡੈੱਡ ਕੀਤਾ ਜਾ ਰਿਹਾ ਹੁਣ ਇੱਥੇ ਸ਼ਬਦ ਵਰਤੇ ਨੇ ਤੈਸੇ ਗੁਰਬਚਨ ਸਚਨ ਗੁਰ ਸਿੱਖਨ ਮੈਂ ਜਾਣੀਏ ਮਹਾਤਮ ਗਏ ਹਰਦੁਆਰ ਜੀ ਗੁਰੂ ਦਾ ਬਚਨ ਹੈ ਵੇਖਣ ਨੂੰ ਛੋਟਾ ਜਿਹਾ ਪਰ ਇਹਨੂੰ ਕਮਾ ਕੇ ਵੇਖ ਤੇਰੀ ਜ਼ਿੰਦਗੀ ਦਾ ਨੀਰ ਜਿਹਾ ਵੱਖਰਾ ਹੋਏਗਾ ਪੂਰੇ ਗੁਰ ਕੀ ਦੇਖ ਵਡਾਈ ਤਾਂ ਕਿ ਕੀਮਤ ਕਹਿ ਨਾ ਜਾਈ ਉਹਦੀ ਕੀਮਤ ਲਫ਼ਜ਼ਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ ਤੇ ਮਹਿਮਾ ਬਿਆਨ ਕੀਤੀ ਫਿਰ ਗੁਰੂ ਦੀ ਉਹ ਕਿਹੜੀ ਮਹਿਮਾ ਹੈ ਮਿਰਤਕ ਕੋ ਪਾਇਓ ਤਨ ਸਾਸਾ ਗੁਰੂ ਮੁਰਦੇ ਵਿੱਚ ਸਵਾਸ ਪਾਉਂਦਾ ਕਿੱਦਾਂ ਪਾਉਂਦਾ ਜੀ ਗੁਰੂ ਭਲਾ ਮੁਰਦੇ ਸਵਾਸ ਤਵਜੋਂਦੇ ਕਿ ਸੁਣਿਓ ਗੁਰੂ ਮੁਰਦੇ ਵਿੱਚ ਸਵਾਸ ਕਿੱਦਾਂ ਪਾਉਂਦਾ ਭਲਾ ਇੱਕ ਬੰਨੇ ਬਾਣੀ ਕੀ ਦੀ ਹਮ ਆਦਮੀ ਹਾਂ ਇੱਕ ਆਦਮੀ ਕੀ ਬਾਣੀ ਆਪਸ ਵਿੱਚ ਵਿਰੋਧੀ ਹੈ ਇੱਕ ਬੰਨੇ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਵੀ ਤੂੰ ਤੇ ਦਮ ਦਾ ਆਦਮੀ ਜੇ ਸਾਹ ਆ ਗਿਆ ਤੇ ਤੂੰ ਆਦਮੀ ਜੇ ਸਾਹ ਨਾ ਆਇਆ ਤੇ ਤੂੰ ਖਤਮ ਇੱਕ ਬੰਨੇ ਕਹਿੰਦੇ ਮਿਰਤਕ ਕੋ ਪਾਇਓ ਤਨ ਸਾਸਾ ਨਿਰਤਕ ਦੇ ਵਿੱਚ ਵੀ ਸਵਾਸ ਪਾ ਤੇ ਕਿਹਨੇ ਗੁਰੂ ਨੇ ਬਿਸ਼ਰਤ ਆਣ ਮਿਲਾਇਆ ਜਿਹੜਾ ਬਿਸ਼ਰ ਚੁਕਾ ਸੀ ਉਹਨੂੰ ਮਲਾਤਾ ਪਸ਼ੂ ਪ੍ਰੇਤ ਮੁਕਤ ਪੈ ਸ਼ਰੋ ਤੇ ਹਰਨਾਮਾ ਮੋਗਾ ਆ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਆ ਇੱਕ ਸਰੀਰ ਦੇ ਸਵਾਸ ਹੁੰਦੇ ਇੱਕ ਮਨ ਦੇ ਸਵਾਸ ਹੁੰਦੇ ਆ ਜਿਹੜੇ ਸਰੀਰ ਦੇ ਸਵਾਸ ਆ ਤੁਹਾਡੇ ਚ ਕੋਈ ਡਾਕਟਰ ਵੀ ਬੈਠਾ ਹੋਵੇ ਪਤਾ ਜੇ ਸਾਹ ਨਾ ਆਇਆ ਜੇ ਇੱਕ ਸਾਹ ਆ ਕੇ ਦੂਜਾ ਸਾਹ ਨਾ ਆਇਆ ਤੈਨੂੰ ਕਿਸੇ ਨੇ ਇਨਸਾਨ ਨਹੀਂ ਕਹਿਣਾ ਕਿਣਾ ਮਿੱਟੀ ਹੋਵੇ ਜਦੋਂ ਬਾਣੀ ਚ ਆਖਿਆ ਪਵਨ ਗੁਰੂ ਕੀ ਸਾਡਾ ਹਵਾ ਗੁਰੂ ਹੈ ਜਿਹੜੀ ਬਾਣੀ ਇਹ ਕਹਿੰਦੀ ਹੈ گاਵੇਂ ਤੁਦ ਨੂੰ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਇੱਥੇ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਇਹਦਾ ਮਤਲਬ ਕੀ ਸੀ ਇਹਦਾ ਮਤਲਬ ਇਹ ਹੈ ਜਿਵੇਂ ਸਰੀਰ ਨੂੰ ਜਿਉਂਦੇ ਰੱਖਣ ਲਈ ਜਿੰਨੀ ਆਕਸੀਜਨ ਜ਼ਰੂਰੀ ਹੈ ਹਵਾ ਜ਼ਰੂਰੀ ਹੈ ਮਨ ਨੂੰ ਜਿਉਂਦਾ ਰੱਖਣ ਲਈ ਐਨੇ ਗੁਰੂ ਜ਼ਰੂਰੀ ਹੈ